ਹੁਕਮਨਾਮਾ 41 ਇੱਕੋ ਓੰਕਾਰ ਸਤਿਗੁਰ ਪ੍ਰਸਾਦ ਲਿਖਤੋ ਦਿਆਲ ਸਿੰਘ ਜੋਗ ਉਪਮਾ ਭਾਈ ਗੁਰਦਿੱਤ ਸਿੰਘ ਸਾਧੂ ਸਿੰਘ ਅਰੂੜ ਸਿੰਘ ਭਾਈ ਹਰੀ ਸਿੰਘ ਕਿਰਪਾਲ ਸਿੰਘ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਨ ਕਰਨੀ ਭਾਈ ਧੰਨ ਤੁਹਾਰਾ ਜਨਮ ਹੈ ਜੋ ਤੁਸੀਂ ਇਤਨੀ ਦੂਰੋਂ ਚੱਲ ਕੇ ਦਰਸ਼ਨ ਦਿੱਤਾ ਹੈ ਸਾਨੂੰ ਗਰੀਬਾਂ ਨੂੰ ਭਾਈ ਤੁਸੀਂ ਤਾਂ ਸਿੱਖੀ ਦਾ ਕੰਮ ਪੂਰਾ ਕੀਤਾ ਸਮੁੰਦਰੋਂ ਪਾਰ ਆਏ ਹਜ਼ਾਰਾਂ ਕੋਹਾਂ ਮੇਰੇ ਮੈਂ ਤਾਂ ਗੁਰਿਆਈ ਦਾ ਕੰਮ ਬਾਲ ਸਮਾਨ ਵੀ ਨਹੀਂ ਹੈ ਸਰਨ ਪੜੇ ਹੋਏ ਹਾਂ ਗੁਰੂ ਜੀ ਕੀ ਗੁਰੂ ਜੀ ਕੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਰਾਤ ਦਿਨ ਜੋ ਹੇ ਗੁਰੂ ਜੀ ਤੂੰ ਗਊ ਗਰੀਬ ਨੂੰ ਬਖਸ਼ ਲੈ ਗਰੀਬ ਇਹ ਨਾਮਧਾਰੀਏ ਹੈ ਅੱਗੇ ਜੋ ਗੁਰੂ ਜੀ ਨੂੰ ਭਾਵੇ ਬਚਨ ਤਾਂ ਅੱਗੇ ਵੀ ਹੁਣ ਵੀ ਬਹੁਤ ਸੁਣਿਆ ਹੈ ਚੰਗੇ ਚੰਗੇ ਪਰ ਹੁਣ ਗੁਰੂ ਜੇ ਅੱਖੀ ਦਿਖਾਵੇਗਾ ਤਾਂ ਤ੍ਰਿਪਤ ਹੋਊਗੀ ਚਿੱਤ ਕੋ ਹੁਣ ਦੇਖੋ ਜੋ ਗੁਰੂ ਕੀ ਦਿਖਲਾਉਂਦਾ ਹੈ ਜੋ ਕੁਝ ਹੋਣਾ ਹੈ ਤਾਂ ਹੁਣ ਛੇਤੀ ਹੀ ਹੋ ਜਾਣਾ ਹੈ ਹੁਣ ਬਚਨਾਂ ਦਾ ਸਮਾਂ ਨਹੀਂ ਹੁਣ ਅੱਖੀ ਦੇਖਣ ਦਾ ਸਮਾਂ ਹੈ ਐਸਾ ਢੋਏ ਜੇ ਕੁਝ ਹੋਵਾ ਤਾਂ ਹੋਵਾ ਨਹੀਂ ਤਾਂ ਬਚਨਾਂ ਨੂੰ ਫਿਰ ਜੋ ਸਾਡੇ ਪਿੱਛੇ ਹੋਣਗੇ ਉਹ ਪਏ ਦੇਖਣ ਭਾਵੇਂ ਨਾ ਦੇਖਣ ਹੁਣ ਅਵੈਦ ਤਾਂ ਹੋਏ ਜਾਣ ਦੀ ਹੈ ਅੱਗੇ ਭਾਈ ਅਵਤਾਰ ਨਾ ਜਾਣਾ ਹੈ ਅੰਤ ਪਰਮੇਸ਼ੁਰ ਪਾਰ ਬ੍ਰਹਮ ਬੇਅੰਤ ਬਚਨ ਸੁਣਨੇ ਦੀ ਕੁਝ ਕਸਰ ਨਹੀਂ ਰਹੀ ਲਿਖਾ ਹੈ ਜਬ ਲਗ ਨਾ ਦੇਖੋ ਆਪਣੀ ਨੈਣੀ ਤਬ ਲਗ ਨਾ ਭਤੀਜੋ ਗੁਰ ਕੀ ਬੈਣੀ ਸੋ ਜੀ ਮੇਰੀ ਬੁੱਧ ਮੇਂ ਇਉਂ ਆਉਂਦੀ ਹੈ ਅਬ ਹਮਾਰੇ ਤੁਮਾਰੇ ਦੇਖਦੇ ਹੋਵਾ ਚੰਗਾ ਨਹੀਂ ਜੋ ਸਾਡੇ ਪਿੱਛੇ ਹੋਏਗੇ ਸੋ ਬਚਨ ਬੈਠ ਕੇ ਉਡੀਕਣਗੇ ਹੁਣ ਤੇ ਸਾਰੇ ਬਚਨਾਂ ਦਾ ਢੋਏ ਆਣ ਬਣਿਆ ਹੈ ਅੱਗੇ ਜੋ ਗੁਰੂ ਨੂੰ ਭਾਵੇ ਬਚਨ ਤਾਂ ਗੁਰੂ ਜੀ ਅੱਗੇ ਹੀ ਕਰ ਗਏ ਹੈ ਸਾਖੀਆਂ ਮੈਂ ਲਿਖਿਆ ਹੈ ਇਹੋ ਨੀਤ ਕਰਤੇ 7-7-14 ਫੇਰ ਬਰਸ ਬੀਤ ਜਾਵੇ ਹੈ 10-7-17 ਦੋਏ ਸਾਲ ਫੇਰ ਤਾਵੇਂ ਮਿਲ ਇਹੋ ਬਰਸ ਹੋਏ ਤੇ 30 ਇਸ ਦੇ ਉਪਰੰਤ ਗੁਰੂ ਜੀ ਦਾ ਹੁਕਮ ਹੈ ਰੌਲੀ ਪਵੈ ਦੇ ਸਭ ਰੁਲੈ ਸੋਈ 34ਵੇਂ ਰੌਲੀ ਤੇ ਹੋਏ ਗਈ ਹੈ ਹੁਣ ਇਸ ਦੇ ਅੱਗੇ ਸਭ ਕੁਝ ਹੋਣਾ ਚਾਹੀਏ ਜ਼ਰੂਰ ਈਸਰਾਂ ਦੇ ਬਚਨ ਅਨਥਾ ਨਹੀਂ ਹੁੰਦੇ ਮੇਰੇ ਸਰੀਰ ਨੂੰ ਵੀ ਜਾਣੀ ਅੱਗ ਲੱਗੀ ਰਹੀ 3 ਬਰਸ ਹੁਣ ਨਹੀਂ ਹੈ ਜਹਾਂ ਰਹੇ ਸੋ ਮੈਂ ਲਿਖ ਦਿਆ ਹੈ ਜੇ ਹਾਲ ਪੁੱਛਦੇ ਹੋ ਤਾਂ ਹਾਲ ਐਸਾ ਵਰਤਦਾ ਹੈ ਜਿਉਂ ਪਿੱਛੇ ਦੇਵਤਿਆਂ ਨਾਲ ਵਰਤਿਆ ਸੀ ਹਾਲ ਬਿਹਾਲ ਮਹਾਂ ਬਿਕਰਾਲ ਸੰਭਾਲ ਨਹੀਂ ਜਮਕਾਲ ਗ੍ਰਸੇ ਹੈ ਹੋਰ ਬਹੁਤਾ ਕੀ ਲਿਖੀਏ ਤੁਸੀਂ ਥੋੜ੍ਹਾ ਲਿਖਾ ਬਹੁਤ ਜਾਣ ਲੈਣਾ ਬਾਰ ਹੀ ਬਾਰ ਪੁਕਾਰਦੇ ਹਾਂ ਗੁਰੂ ਜੀ ਦੇ ਚਰਨਾਂ ਮੈਂ 3 ਬਰਸ ਸੋਏ ਵੀ ਨਹੀਂ ਕਿਤੇ ਨਾਮ ਮਾਤਰ ਬਿਰਾਜਣਾ ਪਰ ਹੁਣ ਜੋ ਗੁਰੂ ਜੀ ਦਾ ਹੁਕਮ ਜੋ ਮੈਂ ਸੰਤ ਖਾਲਸੇ ਦੀ ਰੱਖਿਆ ਵਾਸਤੇ ਪੱਛਮ ਦਿਸ਼ਾ ਤੇ ਲੈ ਆਵਾਂਗਾ ਸੋ ਭਾਈ ਜੇ ਤਾਂ ਉਹੀ ਆਇਆ ਹੈ ਰੱਖਿਆ ਵਾਲਾ ਤਾਂ ਇੱਕ ਵਾਰ ਤਾਂ ਕੀ ਅਨੇਕ ਵਾਰ ਤਾਂ ਚੰਗੀਆਂ ਹੋ ਜਾਣਗੀਆਂ ਸੰਗਤ ਨਾਮਧਾਰੀਆਂ ਨੂੰ ਸਤ ਪ੍ਰਤੀਤ ਜਾਣਨੀ ਇਹੋ ਜਗ੍ਹਾ ਗੌਤਮ ਰਿਖੀ ਕੀ ਹੈ ਇੱਥੇ ਗੌਤਮ ਰਿਖੀ ਕੀ ਪੂਜਾ ਹੁੰਦੀ ਹੈ ਰੰਗੂਨ ਮੇਂ ਹੁਣ ਦੇਖੋ ਗੁਰੂ ਕੀ ਦਿਖਾਲਦਾ ਹੈ ਗੁਰੂ ਗੁਰੂ ਜਪੋ ਰਾਤ ਦਿਨੇ ਗੁਰੂ ਅੱਛੀ ਕਰੂਗਾ ਹੋਰ ਭਾਈ ਜੇ ਜਹਾਜ਼ ਜਾਵੇ ਤਾਂ ਤੁਸੀਂ ਸਭਨਾ ਸਿੰਘਾਂ ਨੇ ਚੜ੍ਹ ਜਾਣਾ ਇਤਨਾ ਹੀ ਦਰਸ਼ਨ ਮੇਲਾ ਬਥੇਰਾ ਹੈ ਜੀ ਤਾਂ ਜਾਣ ਨੂੰ ਨਹੀਂ ਕਰਦਾ ਹੈ ਇਸ ਦਾ ਫਲ ਸਾਨੂੰ ਮਿਲੇਗਾ ਜੇ ਗੁਰੂ ਮੇਲਾ ਕਰਾਊ ਤਾਂ ਸਾਨੂੰ ਸੰਗਤ 'ਤੇ ਕੌਣ ਪਿਆਰਾ ਹੈ ਸੰਗਤ ਤਾਂ ਸਾਡੀ ਦੇਹ ਪ੍ਰਾਣ ਹੈ ਪਰ ਜੇਕਰ ਇਹ ਜਾਣ ਲੈਣ ਤਾਂ ਮੈਨੂੰ ਵੀ ਅਤੇ ਤੁਹਾਨੂੰ ਵੀ ਦੁੱਖ ਦੇਣਗੇ ਮਹਾਮਲੇਸ਼ ਇਹੋ ਫਰੰਗੀ ਜਿਤਨਾ ਚਿਰ ਤੁਰ ਨਹੀਂ ਜਾਂਦੇ ਸਿੰਘ ਸੁੱਖ ਸ਼ਾਂਤ ਨਾਲ ਉਤਨਾ ਚਿਰ ਸਾਨੂੰ ਬੜੀ ਚਿੰਤਾ ਰਹਿੰਦੀ ਹੈ ਇਹੋ ਬਿੱਲੇ ਮਹਾਮਲੇਸ਼ ਹੈ ਇਹਨਾਂ ਦਾ ਕੁਛ ਨਹੀਂ ਵਿਗੜਦਾ ਹੈ ਮਲੇਛੀ ਸੁਭਾਅ ਵਰਤਦੇ ਹੈ ਜੇ ਅੰਦਰ ਆਉਣ ਦੇਣ ਤਾਂ ਸੇਵਾ ਟਹਿਲ ਕਰੀਏ ਪ੍ਰਸ਼ਾਦ ਚੰਗੇ ਛਕਾਈਏ ਸੰਗਤ ਕੋ ਪਦਾਰਥ ਬਹੁਤ ਹੈ ਖੰਡ ਘਿਓ ਸਭੋ ਕੁਝ ਬਥੇਰਾ ਹੈ ਪਰ ਸੰਗਤ ਦਾ ਦਰਸ਼ਨ ਕਰਕੇ ਤ੍ਰਿਪਤ ਨਹੀਂ ਹੁੰਦੀ ਚਿੱਤ ਕੋ ਦਰਸ਼ਨ ਹੁੰਦਾ ਹੈ ਤਾਂ ਚਮਤਕਾਰੇ ਮਾਤਰ ਹੁੰਦਾ ਹੈ ਹੁਕਮਨਾਮਾ
ਹੈ।